ਫਿਰੋਜ਼ਪੁਰ ਵਿੱਚ 9ਵੀਂ ਕਲਾਸ ਦਾ ਇੱਕ ਵਿਦਿਆਰਥੀ ਸਕੂਲ ਜਾਣ ਤੋਂ ਪਹਿਲਾਂ ਭੱਠੇ ਤੇ ਇੱਟਾਂ ਪੱਥਣ ਦਾ ਕੰਮ ਕਰਦਾ ਹੈ। ਪੜ੍ਹਨ ਦੇ ਨਾਲ ਨਾਲ ਉਹ ਆਪਣੇ ਘਰ ਦੇ ਖਰਚੇ ਲਈ ਰੋਜ਼ਾਨਾ 600 ਰੁਪਏ ਦੀ ਕਮਾਈ ਵੀ ਕਰਦਾ। 9ਵੀਂ ਜਮਾਤ ਵਿੱਚ ਪੜ੍ਹਦੇ ਲਵਪ੍ਰੀਤ ਦੀ ਕਿਰਤ ਨਾਲ ਪ੍ਰੀਤ ਹੈ, ਉਹ ਗਰੀਬੀ ਨਾਲ ਦੋ ਹੱਥ ਕਰ ਰਿਹਾ। ਫਿਰੋਜ਼ਪੁਰ ਵਿੱਚ ਲਵਪ੍ਰੀਤ ਸਕੂਲ ਜਾਣ ਤੋਂ ਪਹਿਲਾਂ ਇੱਟਾਂ ਵਾਲੇ ਭੱਠੇ 'ਤੇ 1000 ਕੱਚੀ ਇੱਟ ਤਿਆਰ ਕਰਦਾ ਹੈ। ਇਸ ਮਿਹਨਤ ਬਦਲੇ ਉਸ ਨੂੰ 600 ਰੁਪਏ ਮਿਲਦੇ ਹਨ। ਆਪਣੇ ਖੂਨ ਪਸੀਨੇ ਦੀ ਇਸ ਕਮਾਈ ਨਾਲ ਉਹ ਆਪਣੇ ਘਰ ਲਈ ਖਰਚਾ ਦਿੰਦਾ ਹੈ। ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਪੜ੍ਹ ਲਿਖ ਕੇ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ। ਜੀ, ਮੈਂ ਚੱਲ ਸੁਬਹਾ ਉੱਠ ਕੇ ਟਾਈਮ ਨਾਲ ਘਰਦਿਆਂ ਨਾਲ ਆਪਦੇ ਨਾਲ ਕੰਮ ਕਰਾਉਣਾ ਭੱਠੇ ਦਾ, ਅਤੇ ਬਾਅਦ ਮੈਂ ਸਕੂਲ ਦਾ ਜਾ ਕੇ ਕਰ ਦੇਵਾਂ। ਸਕੂਲੋਂ ਆ ਕੇ ਬਾਅਦ ਮੈਂ ਫਿਰ ਦਾ ਫਿਰ ਕੰਮ ਕਰ ਲਿਆ। ਕਿੰਨੀ ਇੱਟ ਕਰ ਲੈਣਾ ਜੀ? 1200 ਕਰ ਲਈ। ਅਤੇ ਤੇਰਾ ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਚੱਲ ਰਿਹਾ? ਤੇਰੀ ਪੜ੍ਹਾਈ ਨਹੀਂ ਖਰਾਬ ਹੁੰਦੀ? ਜਿਵੇਂ ਮੰਨ ਲਓ ਤੂੰ ਭੱਠੇ ਦੇ ਕੰਮ ਕਰਦਾ, ਉਸ ਤੋਂ ਬਾਅਦ ਤੂੰ ਪੜ੍ਹਦਾ, ਕੋਈ ਦਿੱਕਤ ਨਹੀਂ ਆਉਂਦੀ ਤੈਨੂੰ? ਜੀ ਨਹੀਂ ਜੀ, ਅਸੀਂ ਟਾਈਮ ਨਾਲ ਗਾਲਾ ਕਢਾ ਕੇ ਨਾ ਅਤੇ ਫਿਰ 8 ਵਜੇ ਸਕੂਲ ਨੂੰ ਤਿਆਰ ਹੋ ਜਾਂਦਾ। ਫੌਜ 'ਚ ਕਿਉਂ ਜਾਣਾ ਚਾਹੁੰਦਾ? 9th ਕਲਾਸ ਵਿੱਚ ਪੜ੍ਹਦਾ ਹਾਂ ਅਤੇ ਜੀ ਮੈਂ ਵੱਡਾ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ, ਫੌਜੀ ਬਣਨਾ ਚਾਹੁੰਦਾ ਹਾਂ ਅਤੇ ਜੀ ਮੈਂ ਆਪਦੇ ਪਰਿਵਾਰ ਨੂੰ ਉੱਚਾ ਬਣਾਉਣਾ ਚਾਹੁੰਦਾ ਹਾਂ। ਲਵਪ੍ਰੀਤ ਦੀ ਮਾਤਾ ਵੀਰ ਕੌਰ ਦਾ ਕਹਿਣਾ ਸੀ ਕਿ ਉਹ ਬਹੁਤ ਮਿਹਨਤੀ ਮੁੰਡਾ ਹੈ, ਇਸ ਦੇ ਨਾਲ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਵੀ ਦਿਲਚਸਪੀ ਬਰਾਬਰ ਰੱਖਦਾ ਹੈ। ਉਹਨਾਂ ਦੱਸਿਆ ਕਿ ਸਾਡੀ ਇੱਛਾ ਹੈ ਕਿ ਲਵਪ੍ਰੀਤ ਦੇ ਸਾਰੇ ਸੁਪਨੇ ਪੂਰੇ ਹੋਣ। ਸ਼ੁਰੂ ਤੋਂ ਹੀ ਜਿਉਂ ਬੱਚੇ ਵੀ ਬਚਪਨ 'ਚੋਂ ਛੋਟੇ ਆ, ਛੋਟੇ ਤੋਂ ਹੀ ਲੈ ਕੇ ਅਸੀਂ ਅੱਜ ਤੱਕ ਵੱਡੇ ਕੀਤੇ, ਪੱਠੇ 'ਤੇ ਹੀ ਬੈਠ ਕੇ ਵੱਡੇ ਕੀਤੇ ਆ। ਆਪਦੀ ਮਿਹਨਤ ਜਿੰਨੀ ਕੀਤੀ ਅਸੀਂ ਸਿਰਫ ਪੱਠੇ 'ਤੇ ਹੀ ਕੀਤੀ ਆ। ਸਕੂਲ ਵੀ ਜਾਂਦੇ ਸੀ, ਆਪਦਾ ਜਿੰਨੀ ਮਿਹਨਤ ਕਰਦੇ, ਇਹਨਾਂ ਨੇ ਸਕੂਲ ਦਾ ਟਾਈਮ ਵੀ ਆਪਦਾ ਫਿਕਸ ਕੀਤਾ, ਇਹਨਾਂ ਨੇ ਕੰਮ ਦਾ ਟਾਈਮ ਵੀ ਫਿਕਸ ਕੀਤਾ, ਇਹਨਾਂ ਨੇ ਆਪਦਾ ਖੇਡਣ ਦਾ ਟਾਈਮ ਵੀ ਮੈਂ ਇਹਨਾਂ ਨੂੰ ਦਿੱਤਾ, ਇਹਨਾਂ ਨੂੰ ਖਾਣ ਪੀਣ ਦਾ ਟਾਈਮ ਵੀ ਦਿੱਤਾ। ਕਿੰਨੀ ਇੱਟ ਕਰ ਲੈਂਦਾ ਬੇਟਾ ਤੁਹਾਡਾ ਅੱਜ ਦੇ ਕਲਾਸ 'ਚ ਪੜ੍ਹਦਾ? ਹਾਂਜੀ, 9ਵੀਂ ਕਲਾਸ ਅੱਜ ਦੀ ਚੱਲਦੀ ਪਈ ਹੈ, ਰੀਨਿੰਗ 'ਤੇ ਵੀ ਜਾਂਦਾ, ਦੌੜ ਭੱਜਦਾ ਵੀ ਆ, ਰਾਤ ਨੂੰ ਸ਼ਾਮ ਨੂੰ 2 ਵਜੇ ਤੋਂ ਆ ਕੇ ਇਹਨਾਂ ਨੇ ਸਕੂਲ ਦੇ ਟਾਈਮ ਤੋਂ ਆ ਕੇ ਸਕੂਲ ਦਾ ਟਾਈਮ ਇਹਨਾਂ ਨੇ ਫਿਕਸ ਕਰਕੇ ਸ਼ਾਮ ਨੂੰ 3 ਵਜੇ ਇਹਨਾਂ ਨੇ ਕੰਮ 'ਤੇ ਫੇਰ ਲੱਗ ਜਾਣਾ। ਉਸ ਤੋਂ ਬਾਅਦ 8-9 ਵਜੇ ਜੇ ਵਿਹਲੇ ਹੋਏ ਆ ਤਾਂ ਅਸੀਂ ਭਲਾ ਇਹਨਾਂ ਨੂੰ ਪੱਠੇ ਦਾ ਹੀ ਗੇੜਾ ਜ਼ਰੂਰ ਕਢਵਾਈਏ, ਕਢਵਾਉਣਾ ਜ਼ਰੂਰ ਆ, ਭਜਾਉਣਾ ਵੀ ਜ਼ਰੂਰ ਆ। ਫਿਰੋਜ਼ਪੁਰ ਤੋਂ ਜਗਦੀਸ਼ ਕੁਮਾਰ ਦੀ ਰਿਪੋਰਟ।